ये जिहड़ा मनोरंजन काल गया पिछला इन्हों का कोई कैबिनेट मंत्री दे उहदे रहा होगा बादल दे राज दे विच इहदा जिक्र उह कीता ओ आया गा इस करके आया गा भी मैं बरनाले दे विच आ के किसानां नाल मीटिंग कर दांगा पर उह भुलेखा पाउण आया सी असीं उदों तक इहनूं बाहर नहीं निकल देवांगे जदों तक इह लोकां दी कोई सैटिस्फाई नहीं कराउंदे मनोरंजन कालिया कला नहीं आने वाले दे विच भी जिहड़े भी इन्हां दे मंत्री शंत्री आउणगे जां अहुदेदार कोई भी है असीं उहनां दा ही डटमां विरोध करदे रहांगे नरेंद्र मोदी नूं इह मूंह दिखाउणी पैणी है ते जिहड़े इह चालां खेडदे इहदियां चालां नहीं चलण देणगियां सेंटर दा खेतीबाड़ी मंत्री है नरेंद्र तोमर उह रात मैं उहदे डिबेट दे विच सुणिया ਉਹ ਕਹਿੰਦਾ ਵੀ ਮੈਂ ਅਸੀਂ ਕਿਸਾਨਾਂ ਨਾਲ ਤਿਆਰ ਹਾਂ ਗੱਲ ਕਰਨ ਨੂੰ ਤਿਆਰ ਹੈ ਅੱਧੀ ਰਾਤ ਨੂੰ ਤਿਆਰ ਹੈ ਇਹ ਅੱਧੀ ਰਾਤ ਦੀ ਗੱਲ ਕਰਦੇ ਨੇ ਇੱਥੇ ਦੁਪਹਿਰ ਵੇਲੇ ਵੀ ਇਹਨਾਂ ਦੇ ਜਿਹੜੇ ਮਨੋਰੰਜਨ ਕਾਲੀਏ ਵਰਗੇ ਨੇ ਆਹ ਗੇਟ ਡਾਈ ਬੈਠੇ ਨੇ ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਲੀਡਰਾਂ ਦਾ ਘਰਾਓ ਵੀ ਕੀਤਾ ਜਾ ਰਿਹਾ ਹੁਣ ਖਬਰ ਬਰਨਾਲਾ ਤੋਂ ਹੈ ਜਿੱਥੇ ਕਿਸਾਨ ਜਥੇਬੰਦੀਆਂ ਨੇ ਭਾਜਪਾ ਦੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਨੂੰ ਘੇਰ ਲਿਆ ਕਿਸਾਨ ਜਥੇਬੰਦੀਆਂ ਦਾ ਕਹਿਣਾ ਕਿ ਅਸੀਂ ਉਹਨਾਂ ਸਮਾਂ ਭਾਜਪਾ ਦੇ ਸਾਬਕਾ ਮੰਤਰੀ ਨੂੰ ਘਰ ਤੋਂ ਬਾਹਰ ਨਹੀਂ ਨਿਕਲਣ ਦੇਣਗੇ ਜਿੰਨਾ ਸਮਾਂ ਉਹ ਸਾਨੂੰ ਸੈਟੀਸਫਾਈਡ ਨਹੀਂ ਕਰਨਗੇ ਇਹ ਜਿਹੜਾ ਮਨੋਰੰਜਨ ਕਾਲੀਆ ਪਿਛਲਾ ਇਹਨਾਂ ਦਾ ਕੋਈ ਕੈਬਨਿਟ ਮੰਤਰੀ ਦੇ ਉਹਦੇ ਤੇ ਰਿਹਾ ਹੋਇਆਗਾ ਬਾਦਲ ਦੇ ਰਾਜ ਦੇ ਵਿੱਚ ਇਹਦਾ ਜ਼ਿਕਰ ਉਹ ਕੀਤਾ ਜਿਹੜਾ ਕਿ ਨਰਿੰਦਰ ਮੋਦੀ ਸਰਕਾਰ ਵੱਲੋਂ ਜਾਂਦੀ ਲੋਕਾਂ ਦੇ ਖਿਲਾਫ ਕਾਨੂੰਨ ਬਣਾਏ ਹੋਏ ਨੇ ਉਹ ਕਾਨੂੰਨਾਂ ਦੇ ਖਿਲਾਫ ਕਿਸਾਨ ਜਥੇਬੰਦੀਆਂ ਬਹੁਤ ਸਾਰੀਆਂ ਲੜਾਈ ਲੜ ਰਹੀਆਂ ਨੇ ਇੱਧਰੋਂ ਸਾਡੀ ਅਗਰਾਹਾਂ ਜਥੇ ਵੀ ਲੜਾਈ ਇਹ ਲੜ ਰਹੀ ਹੈ ਅਤੇ ਦੂਜੇ ਪਾਸੇ ਗੱਲ ਇਹ ਹੈ ਅਸੀਂ ਕਈ ਦਿਨਾਂ ਤੋਂ 36-37 ਦਿਨਾਂ ਤੋਂ 38ਵਾਂ ਦਿਨ ਹੋ ਗਿਆ ਲਗਾਤਾਰ ਅਸੀਂ ਮੋਰਚਿਆਂ ਦੇ ਵਿੱਚ ਹੈ ਅਤੇ ਦੂਜੇ ਪਾਸੇ ਇਹਨਾਂ ਦੇ ਦਿੱਲੀ ਦੇ ਵਿੱਚ ਸਾਡੇ ਆਗੂਆਂ ਨੂੰ ਸੱਦ ਕੇ ਵੀ ਆ ਜਾਓ ਤੁਹਾਨੂੰ ਸਮਝਾਈਏ ਮੀਟਿੰਗ ਕਰਾਈਏ ਸਮਝਾਉਣ ਦੀ ਗੱਲ ਕਰਦੇ ਨੇ ਆਪ ਸਮਝਣ ਦੀ ਬਜਾਏ ਅਤੇ ਇਵੇਂ ਜੋ ਮੈਂ ਪਹਿਲਾਂ ਫਿਰ ਉਸ ਤੋਂ ਬਾਅਦ ਅੱਜ ਜਿਹੜਾ ਇਹਨਾਂ ਦਾ ਮਨੋਰੰਜਨ ਕਾਲੀਆ ਆਇਆ ਗਾ ਉਹ ਆਇਆ ਗਾ ਇਸ ਕਰਕੇ ਆਇਆ ਗਾ ਵੀ ਮੈਂ ਬਰਨਾਲੇ ਦੇ ਵਿੱਚ ਆ ਕੇ ਕਿਸਾਨਾਂ ਨਾਲ ਮੀਟਿੰਗ ਕਰਦਾਂਗਾ ਪਰ ਉਹ ਭੁਲੇਖਾ ਪਾਉਣ ਆਇਆ ਸੀ ਅਤੇ ਆ ਜਿਹੜਾ ਸੈਂਟੀ ਹੈ ਇੱਥੋਂ ਦਾ ਬਰਨਾਲੇ ਜ਼ਿਲ੍ਹੇ ਦਾ ਪ੍ਰਧਾਨ ਆ ਬੀਜੇਪੀ ਦਾ ਉਹਦੇ ਘਰੇ ਚੋਰ ਮੋਰੀ ਰਾਹੀਂ ਅੰਦਰ ਵੜਿਆ ਅਤੇ ਸਾਡੇ ਆਗੂਆਂ ਨੂੰ ਭਿਣਕ ਲੱਗ ਗਈ ਅਤੇ ਅਸੀਂ ਘੇਰਾ ਇਹਦਾ ਘਰੇਓ ਕੀਤਾ ਗਾ ਅਤੇ ਦੂਜੇ ਪਾਸੇ ਇਹਨਾਂ ਦੀ ਇਹ ਵੀ ਗੱਲ ਹੈ ਜਿਹੜਾ ਇਹਨਾਂ ਦਾ ਸੈਂਟਰ ਦਾ ਖੇਤੀਬਾੜੀ ਮੰਤਰੀ ਹੈ ਨਰਿੰਦਰ ਤੋਮਰ ਆ ਉਹ ਰਾਤ ਮੈਂ ਉਹਦੇ ਡਿਬੇਟ ਦੇ ਵਿੱਚ ਸੁਣਿਆ ਉਹ ਕਹਿੰਦਾ ਵੀ ਮੈਂ ਅਸੀਂ ਕਿਸਾਨਾਂ ਨਾਲ ਤਿਆਰ ਹਾਂ ਗੱਲ ਕਰਨ ਨੂੰ ਤਿਆਰ ਹੈ ਅੱਧੀ ਰਾਤ ਨੂੰ ਤਿਆਰ ਹੈ ਅੱਧੀ ਰਾਤ ਦੀ ਗੱਲ ਕਰਦੇ ਨੇ ਇੱਥੇ ਦੁਪਹਿਰ ਵੇਲੇ ਵੀ ਇਹਨਾਂ ਦੇ ਜਿਹੜੇ ਮਨੋਰੰਜਨ ਕਾਲੀਏ ਵਰਗੇ ਨੇ ਆਹ ਗੇਟ ਡਾਈ ਬੈਠੇ ਨੇ ਅਸੀਂ ਉਦੋਂ ਤੱਕ ਇਹਨੂੰ ਬਾਹਰ ਨਹੀਂ ਨਿਕਲ ਦੇਵਾਂਗੇ ਜਦੋਂ ਤੱਕ ਇਹ ਲੋਕਾਂ ਦੀ ਕੋਈ ਸੈਟਿਸਫਾਈ ਨਹੀਂ ਕਰਾਉਂਦੇ ਅਤੇ ਇਹਨਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦਾ ਸਾਰੇ ਆਗੂਆਂ ਦੀ ਮਨੋਰੰਜਨ ਕਾਲੀਆ ਕੱਲਾ ਨਹੀਂ ਆਉਣ ਵਾਲੇ ਦੇ ਵਿੱਚ ਵੀ ਜਿਹੜੇ ਵੀ ਇਹਨਾਂ ਦੇ ਮੰਤਰੀ ਸ਼ੰਤਰੀ ਆਉਣਗੇ ਜਾਂ ਅਹੁਦੇਦਾਰ ਕੋਈ ਵੀ ਹੈ ਅਸੀਂ ਉਹਨਾਂ ਦਾ ਹੀ ਡਟਮਾ ਵਿਰੋਧ ਕਰਦੇ ਰਹਾਂਗੇ ਇਹਨਾਂ ਨੇ ਵੀ ਫੋਰਸ ਲਾ ਲਈ ਅਤੇ ਇੱਧਰੋਂ ਸਾਡੀ ਫੋਰਸ ਵੀ ਆ ਰਹੀ ਹੈ ਅਤੇ ਦੂਜੀ ਗੱਲ ਜਿਹੜੀ ਆ ਭੜਕਾਉਣ ਦੀ ਗੱਲ ਕਰਦੇ ਨੇ ਵੀ ਕਿਸਾਨ ਭੜਕਣ ਇਹ ਕਿਸਾਨ ਕਿਤੇ ਭੜਕਣ ਵਾਲੀ ਜਥੇਬੰਦੀ ਨਹੀਂ ਗ੍ਰਾਹਾਂ ਇਹ ਬਹੁਤ ਸਮਝ ਕੇ ਪੈਰ ਧਰਦੀ ਹੈ ਅਤੇ ਬਹੁਤ ਇਹ ਜਿੰਨੇ ਵੀ ਘੋਲ ਬੜੇ ਨੇ ਅੱਜ ਤੱਕ ਜਿੱਤ ਕੇ ਰਹੀ ਹੈ ਕੋਈ ਵੀ ਸਾਡਾ ਘੋਲ ਆ ਜਾਣ ਦੀ ਉਹ ਫੇਲ ਨਹੀਂ ਹੋਣਾ ਅਤੇ ਨਾ ਹੋਊਗਾ ਅਤੇ ਇਸ ਨਰਿੰਦਰ ਮੋਦੀ ਨੂੰ ਇਹ ਮੂੰਹ ਦਿਖਾਉਣੀ ਪੈਣੀ ਹੈ ਅਤੇ ਜਿਹੜੇ ਇਹ ਚਾਲਾਂ ਖੇਡਦੇ ਇਹਦੀਆਂ ਚਾਲਾਂ ਨਹੀਂ ਚੱਲਣ ਦੇਣਗੀਆਂ ਇਹ ਜਿਹੜਾ ਸਾਡਾ ਮੋਰਚਾ ਚੱਲ ਰਿਹਾ ਸੀ ਸੈਂਟੀ ਦੀ ਕੋਠੀ ਮੂਹਰੇ ਲਗਾਤਾਰ ਜਿਹੜਾ ਜ਼ਿਲ੍ਹਾ ਪ੍ਰਧਾਨ ਹੈ ਭਾਜਪਾ ਦਾ ਬਰਨਾਲੇ ਦਾ ਉਹਦੀ ਕੋਠੀ ਦੇ ਮੂਹਰੇ ਮੋਰਚਾ ਚੱਲਿਆ ਹੋਇਆ ਲਗਾਤਾਰ ਸਾਡਾ ਆਰਡੀਨੈਂਸਾਂ ਨੂੰ ਲੈ ਕੇ ਜਿਹੜੇ ਖੇਤੀ ਨੂੰ ਤਬਾਹ ਕਰਨ ਵਾਲੇ ਨੇ ਅੱਜ ਜਿਹੜਾ ਮਨੋਰੰਜਨ ਕਾਲੀਆ ਗੁਪਤ ਤੌਰ 'ਤੇ ਕੋਠੀ ਦੇ ਵਿੱਚ ਆਪਦੇ ਆਗੂਆਂ ਨਾਲ ਮੀਟਿੰਗ ਕਰਨ ਆਇਆ ਸੀ ਇਹਨਾਂ ਨੂੰ ਥਾਪੜਾ ਦੇਣ ਆਇਆ ਸੀ ਵੀ ਡਰਿਓ ਨਾ ਇਹ ਕੀ ਕਰਨ ਲੈਣਗੇ ਲੋਕ ਇਸ ਕਰਕੇ ਅਸੀਂ ਇਹਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਵੱਲੋਂ ਮਨੋਰੰਜਨ ਕਾਲੀਆ ਦੱਬਿਆ ਇਹਦਾ ਘਿਰਿਆਓ ਕੀਤਾ ਹੈ ਇਹ ਘਿਰਿਆਓ ਲਗਾਤਾਰ ਜਾਰੀ ਰਹੂਗਾ ਕਿਸਾਨਾਂ ਦਾ ਰੋਹ ਜਿਹੜਾ ਹਿੰਦੁਸਤਾਨ ਦੀ ਸਰਕਾਰ ਦੇ ਖਿਲਾਫ ਮੋਦੀ ਦੇ ਭਖਿਆ ਹੋਇਆ ਇਹ ਰੋਹ ਜਿਹੜਾ ਹੋਰ ਭਖੂਗਾ ਇਸ ਕਰਕੇ ਇਹ ਘਿਰਿਆਓ ਅਸੀਂ ਪੱਕਾ ਤੌਰ 'ਤੇ ਜਾਰੀ ਰੱਖਾਂਗੇ ਇਹ ਜਿਹੜੀ ਭਾਜਪਾ ਹੈ ਇਹ ਲੰਬੇ ਸਮੇਂ ਤੋਂ ਲੋਕਾਂ ਨੂੰ ਭੜਕਾਉਣ ਲੱਗੀ ਹੋਈ ਹੈ ਪਰ ਜਥੇਬੰਦ ਲੋਕ ਨੇ ਜਿਹੜੇ ਉਹ ਆਪਦੇ ਜਥੇਬੰਦ ਤਾਣੇ ਮਾਣੇ ਨਾਲ ਲੜ ਰਹੇ ਨੇ ਅਤੇ ਜਥੇਬੰਦ ਹੋ ਕੇ ਅੱਗੇ ਵੱਧ ਰਹੇ ਨੇ ਸੋ ਇਹ ਮੋਦੀ ਦੀਆਂ ਚਾਲਾਂ ਭਾਜਪਾ ਦੇ ਮਨੋਰੰਜਨ ਕਾਲੀਏ ਦੀਆਂ ਚਾਲਾਂ ਪਿੰਡਾਂ 'ਚ ਵੀ ਫੇਲ ਕੀਤੀਆਂ ਅਤੇ ਸ਼ਹਿਰਾਂ 'ਚ ਫੇਲ ਕੀਤੀਆਂ ਜਿਹੜੀ ਅੱਜ ਇਹ ਪਲਾਨ ਬਣਾਉਣ ਆਇਆ ਸੀ ਉਹ ਵੀ ਅਸੀਂ ਫੇਲ ਕੀਤੀ ਹੈ ਮਨੋਰੰਜਨ ਕਾਲੀਆ ਅੰਦਰ ਡੱਕਿਆ ਸੀ ਇਹ ਮਨੋਰੰਜਨ ਕਾਲੀਆ ਅੱਜ ਜਿਹੜਾ ਸਾਬਕਾ ਵਿਧਾਇਕ ਰਿਹਾ ਅਕਾਲੀ ਦਲ ਦੀ ਸਰਕਾਰ ਦੇ ਵਿੱਚ
ਉਹ ਅੱਜ ਜਾਗਵਿੰਦਰ ਸੈਂਟੀ ਜੋ ਲਗਾਤਾਰ ਸਾਡਾ ਘਿਰਾਓ ਚੱਲਦਾ ਸੀ ਬਰਨਾਲੇ ਦੇ ਵਿੱਚ ਉਹਦੀ ਕੋਠੀ ਦਾ, ਇਹ ਉੱਥੇ ਆ ਕੇ ਉਹਨਾਂ ਨਾਲ ਮੀਟਿੰਗ ਕਰਦਾ ਸੀ ਵੀ ਕਿਸਾਨ ਤੁਹਾਡਾ ਕੁਝ ਨਹੀਂ ਵਿਗਾੜ ਸਕਦੇ, ਤੁਸੀਂ ਡਟੇ ਰਹੋ ਸਰਕਾਰ ਦੇ ਨਾਲ। ਜਿਵੇਂ ਸੁਰਜੀਤ ਸਿੰਘ ਜੈਣੀ ਉਹ ਬਗਾਵਤ ਕਰਕੇ ਗਿਆ, ਉਹ ਕਹਿ ਕੇ ਗਿਆ ਵੀ ਕਿਸਾਨਾਂ ਨੂੰ ਗੱਲਬਾਤ ਕਰੇ ਬਿਨਾਂ ਅੱਗੇ ਵਧਿਆ ਨਹੀਂ ਜਾਣਾ, ਪਰ ਮਨੋਰੰਜਨ ਕਾਲੀਏ ਵਰਗੇ ਇਹ ਮੋਦੀ ਨੂੰ ਕਹਿੰਦੇ ਨੇ ਵੀ ਆਪਣਾ ਕੁਛ ਨਹੀਂ ਵਿਗਾੜ ਸਕਦੇ, ਅਸੀਂ ਇਹਨਾਂ ਦਾ ਵਿਗਾੜਨ ਵਾਸਤੇ ਆਏ ਹਾਂ, ਇਹਨਾਂ ਨੂੰ ਘੇਰਿਆ ਲਗਾਤਾਰ ਵੀ ਤੁਸੀਂ ਪੰਜਾਬ ਦੇ ਬੰਦੇ ਹੋ, ਪੰਜਾਬ ਨਾਲ ਖੜੋ, ਪੰਜਾਬ ਦਾ ਅੰਨ ਪਾਣੀ ਖਾਂਦੇ ਹੋ। ਉਹ ਮੋਦੀ ਨੂੰ ਤੁਸੀਂ ਸਹੀ ਗੱਲ ਦੱਸੋ ਵੀ ਇਹਦੇ ਵਿੱਚੋਂ ਜਿਹੜਾ ਕਿਸਾਨੀਆਂ ਨੂੰ ਮਾਰਨ ਵਾਲੇ ਕਾਲੇ ਕਾਨੂੰਨ ਲਿਆਉਂਦੇ ਉਹਨਾਂ ਨੂੰ ਆਪਾਂ ਰੱਦ ਕਰੀਏ, ਜਿੰਨਾ ਚਿਰ ਰੱਦ ਨਹੀਂ ਕਰਾਉਂਦੇ ਉਹਨਾਂ ਚਿਰ ਅਸੀਂ ਇਹਨਾਂ ਨੂੰ ਪਿੰਡਾਂ ਦੇ ਵਿੱਚ ਨਹੀਂ ਵੜਦੇ, ਇਹਨਾਂ ਨੂੰ ਸ਼ਹਿਰਾਂ ਦੇ ਵਿੱਚ ਨਹੀਂ ਵੜਦੇ, ਲਗਾਤਾਰ ਅਸੀਂ ਇਹਨਾਂ ਦੇ ਘਿਰਾਓ ਜਾਰੀ ਰੱਖਾਂਗੇ। ਅੱਜ ਵੀ ਮਨੋਰੰਜਨ ਕਾਲੀਆ ਅੰਦਰ ਡੱਕਿਆ ਪਿਆ ਸਾਡਾ, ਜਿੰਨਾ ਚਿਰ ਇਹ ਕਹਿ ਕੇ ਨਹੀਂ ਜਾਂਦਾ ਵੀ ਹਾਂ ਅਸੀਂ ਪਾਰਟੀ 'ਚੋਂ ਬਾਹਰ ਆਉਣੇ ਹਾਂ ਜਾਂ ਅਸੀਂ ਕਾਨੂੰਨ ਰੱਦ ਕਰਾਉਣੇ ਹਾਂ, ਉਹਨਾਂ ਚਿਰ ਅਸੀਂ ਘਿਰਾਓ ਇਹਦਾ ਜਾਰੀ ਰੱਖਾਂਗੇ। ਬੀਜੇਪੀ ਬਾਈ ਭੜਕਾ ਕਿਤੇ ਨਹੀਂ ਰਹੀ, ਬੀਜੇਪੀ ਨੇ ਸਾਰੇ ਪੱਤੇ ਚਲਾਏ ਆ, ਅਸੀਂ ਸਾਰੇ ਪੱਤੇ ਬੀਜੇਪੀ ਦੇ ਕੁੱਟੇ ਆ, ਤੂੰ ਪਹਿਲਾਂ ਇਹ ਲੈ ਕੇ ਆਏ ਦਲਤਾਂ ਦਾ ਪੱਤਾ ਉਹ ਅਸੀਂ ਕੁੱਟਿਆ, ਪਹਿਲਾਂ ਲੈ ਕੇ ਆਏ ਨੇ ਕਿਸਾਨ ਜਥੇਬੰਦੀਆਂ ਨੂੰ 14 ਤਰੀਕ ਨੂੰ ਦਿੱਲੀ ਦੇ ਵਿੱਚ ਸੱਦ ਕੇ ਪੰਜਾਬ ਦੇ ਵਿੱਚ 8 ਮੰਤਰੀ ਭੇਜੇ ਹੈ, ਇਹਨਾਂ ਨੂੰ ਆਇਆ ਸੀ ਵੀ ਕਿਸਾਨ ਬਲਗਾੜ ਦੇ ਵਿੱਚ ਆ ਕੇ ਉਹ ਰੋੜੇ ਚਲਾ ਦੇਣਗੇ, ਉਹ ਸਾਡੀਆਂ ਗੱਡੀਆਂ ਭੰਨ ਦੇਣਗੇ, ਅਸੀਂ ਕਿਸਾਨਾਂ ਦਾ ਘੋਲ ਤਾਲ ਪੀਟੋ ਕਰ ਦਿਆਂਗੇ, ਅਸੀਂ ਉਹ ਨਹੀਂ ਹੋਣ ਦੇਣਾ। 7 ਮਈ ਵਾਲੇ ਲੋਕ ਨੇ, ਜਾਬਤੇ ਵਾਲੇ ਲੋਕ ਨੇ, ਅੱਜ ਵੀ ਕਿਸੇ ਨੇ ਸੈਂਟੀ ਦੇ ਬਾਰ ਕੰਨੀ ਰੋੜੀ ਨਹੀਂ ਚਲਾਈ, ਨਾ ਚਲਾਉਣਗੇ। ਮਨੋਰੰਜਨ ਕਾਲੀਏ ਨੂੰ ਸਵਾਲ ਪੁੱਛਾਂਗੇ, ਸਾਡੇ ਸਵਾਲਾਂ ਦਾ ਜਵਾਬ ਦੇਵੇ। ਜਿਹੜਾ ਅੰਦਰ ਮੀਟਿੰਗਾਂ ਕਰਦਾ ਨੇ ਇਹ ਕਹਿਣਾ ਸੀ ਵੀ ਮੈਂ ਕਿਸਾਨਾਂ ਨਾਲ ਬਰਨਾਲੇ ਦੇ ਵਿੱਚ ਮੀਟਿੰਗਾਂ ਕਰਕੇ ਆਇਆ, ਉਹ ਕਿਸਾਨ ਨਹੀਂ ਹੈਗੇ। ਜਿਹੜੇ ਅੰਦਰ ਬੈਠੇ ਨੇ ਉਹਨਾਂ ਨੂੰ ਐਂ ਨਹੀਂ ਪਤਾ ਵੀ ਸਰੋਂ ਕਦੋਂ ਬੀਜਦੀ ਹੈ, ਉਹਨਾਂ ਨੂੰ ਐਂ ਨਹੀਂ ਪਤਾ ਵੀ ਕਣਕ ਕਦੋਂ ਬੀਜਦੀ ਹੈ, ਝੋਨੇ ਨੂੰ ਪਾਣੀ ਕਦੋਂ ਲੱਗਦਾ। ਕਿਸਾਨ ਤਾਂ ਜਿਹੜੇ ਬੈਠੇ ਨੇ, ਸਮੇਤ ਸਾਡੀਆਂ ਮਾਵਾਂ ਭੈਣਾਂ ਨੂੰ ਪੁੱਛ ਲਓ, ਸਾਡੇ ਆ ਕਿਸਾਨ ਬੈਠੇ ਨੇ ਜਿਹੜੇ ਸੈਂਟੀ ਦੇ ਬਾਰ 'ਚ ਬੈਠੇ ਨੇ, ਇਹਨਾਂ ਨੂੰ ਪਤਾ ਵੀ ਕਦੋਂ ਜ਼ਮੀਨ ਦੀ ਵੱਤ ਹੈ, ਕਦੋਂ ਕਣਕ ਬੀਜਦੀ ਹੈ, ਕਦੋਂ ਝੋਨੇ ਨੂੰ ਪਾਣੀ ਲੱਗਣਾ। ਉਹ ਸਾਡੇ ਗੈਰ ਕਾਨੂੰਨੀ ਕਿਸਾਨ ਦੇ ਜਿਹੜੇ, ਉਹਨਾਂ ਨੂੰ ਪੁੱਛ ਕੇ ਇਹਨੇ ਮੀਡੀਆ 'ਚ ਖਬਰ ਇਹ ਦੇਣੀ ਸੀ ਮੈਂ ਕਿਸਾਨਾਂ ਨਾਲ ਮੀਟਿੰਗ ਕਰਿਆ ਆ, ਉਹ ਅਸੀਂ ਮਨੋਰੰਜਨ ਕਾਲੀਏ ਦੀ ਚਾਲ ਕੁੱਟੀ ਹੈ। ਉੱਧਰ ਜਦੋਂ ਸਾਰੇ ਮਾਮਲੇ ਬਾਰੇ ਪੱਤਰਕਾਰਾਂ ਨੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਕਿ ਸਾਡੀ ਪਾਰਟੀ ਕਿਸਾਨਾਂ ਦੀ ਪਾਰਟੀ ਹੈ ਅਤੇ ਸਾਡੇ ਵੱਲੋਂ ਹਮੇਸ਼ਾ ਹੀ ਕਿਸਾਨਾਂ ਦੇ ਹੱਕ ਦੇ ਵਿੱਚ ਅਤੇ ਕਿਸਾਨਾਂ ਦੀ ਭਲਾਈ ਲਈ ਫੈਸਲੇ ਲਏ ਜਾਂਦੇ ਨੇ। ਪਾਰਟੀ ਦੇ ਪ੍ਰੋਗਰਾਮ ਸੀਗਾ, ਸੂਚਨਾ 'ਤੇ ਮੈਂ ਇੱਥੇ ਆਇਆ ਵੀ ਜ਼ਿਲ੍ਹੇ ਦੇ ਪਦਾਧਿਕਾਰੀਆਂ ਨਾਲ, ਮੰਡਲ ਅਧਿਆਪਕਾਂ ਨਾਲ ਬੈਠ ਕੇ ਗੱਲਬਾਤ ਕਰੀਏ ਸੂਚਨਾ 'ਤੇ, ਔਰ ਆਉਣ ਵਾਲੇ ਸਮੇਂ 'ਚ ਮਿਊਂਸੀਪਲ ਕਮੇਟੀ ਦੇ ਵੀ ਚੁਣਾਵ ਆਉਣ ਵਾਲੇ ਆ, ਔਰ ਡੀਲੀਮਿਟੇਸ਼ਨ ਪ੍ਰੋਸੈਸ ਔਨ ਕੀਤਾ ਹੋਇਆ, ਸੂਚਨਾ 'ਤੇ ਆਉਣਾ ਹੋਇਆ ਸੀ। ਦੇਖੋ ਐਸਾ ਹੈ, ਜਮਹੂਰੀਅਤ ਹੈ ਭਾਰਤ ਦੇ ਵਿੱਚ, ਹਰ ਇੱਕ ਵਿਅਕਤੀ ਨੂੰ ਆਪਣੀ ਗੱਲ ਕਹਿਣ ਦਾ, ਆਪਣੀ ਗੱਲ ਮਨਵਾਉਣ ਦਾ, ਆਪਣਾ ਰੋਸ਼ ਵਿਅਕਤ ਕਰਨ ਦਾ ਅਧਿਕਾਰ ਹੈ। ਸੋ ਉਸ ਨਾਤੇ ਕਿਸਾਨ ਭਰਾਵਾਂ ਨੂੰ ਵੀ ਜਿਹੜੀ ਗੱਲ ਉਹਨਾਂ ਨੂੰ ਕਿਸੇ ਗੱਲ 'ਤੇ ਰੋਸ਼ ਹੈ ਤਾਂ ਉਹਨਾਂ ਨੂੰ ਵਿਅਕਤ ਕਰਨ ਦਾ ਅਧਿਕਾਰ ਹੈ। ਦੇਖੋ ਐਸਾ ਹੈ, ਭਾਰਤੀ ਜਨਤਾ ਪਾਰਟੀ ਕਿਸਾਨਾਂ ਦੀ ਪਾਰਟੀ ਹੈ ਔਰ ਪੂਰੇ ਦੇਸ਼ ਦੇ ਵਿੱਚ 2 ਵਾਰੀ ਕਿਸਾਨ ਭਰਾਵਾਂ ਦੀਆਂ ਵੋਟਾਂ ਨਾਲ ਹੀ ਭਾਰਤੀ ਜਨਤਾ ਪਾਰਟੀ ਲਗਾਤਾਰ 2 ਵਾਰੀ ਅਕਸੇਰੀਏ 'ਚ ਆਈ ਔਰ ਸ਼੍ਰੀ ਨਰਿੰਦਰ ਮੋਦੀ ਜੀ ਨੂੰ 2 ਵਾਰੀ ਪ੍ਰਧਾਨ ਮੰਤਰੀ ਬਣਾਇਆ। ਸੋ ਕਿਸਾਨਾਂ ਦੇ ਹਿੱਤਾਂ ਦੀ ਪਹਿਰਾ ਕਰਨਾ ਭਾਰਤੀ ਜਨਤਾ ਪਾਰਟੀ ਜਿਹੜੀ ਹੈਗੀ ਹੈ ਉਹ ਜਾਂਦੀ ਔਰ ਪੂਰੀ ਤਰ੍ਹਾਂ ਪਹਿਰਾ ਦੇਗੀ, ਉਹਨਾਂ ਦੇ ਹਿੱਤਾਂ ਨੂੰ ਕਦੀ ਵੀ ਓਹਲੇ ਨਹੀਂ ਹੋਣ ਦਿੱਤਾ ਜਾਏਗਾ। ਹੁਣ ਪਿਛਲੇ ਸਮੇਂ ਦੇ ਵਿੱਚ ਕਿਸਾਨ ਭਰਾਵਾਂ ਨੇ ਤਾਂ ਨਹੀਂ ਮੰਗ ਕੀਤੀ ਸੀਗੀ ਕਿ 6,000 ਰੁਪਈਆ ਮਾਨਦਾਨ ਦਿੱਤਾ ਜਾਏ, ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਦਿੱਤਾ। ਨੀਮ ਕੋਟਿਡ ਯੂਰੀਆ ਦੇ ਬਾਰੇ ਜਿਹੜਾ ਹੈਗਾ ਕਿ ਵੀ ਮੁਹੱਈਆ ਕਰਵਾਇਆ ਗਿਆ। ਸੋ ਉਸ ਨਾਤੇ ਜਿਹੜਾ ਹੈਗਾ, ਇਹ ਵੀ ਜਿਹੜੇ ਬਿੱਲਸ ਆਏ ਆ ਉਸ ਨਾਤੇ ਕਿਸਾਨ ਦੇ ਹਿੱਤਾਂ ਲਈ ਹੈ। ਮੈਂ ਤਾਂ ਇਹ ਗੱਲ ਇੱਕ ਵਾਰ ਹੋਰ ਕਹਾਂਗਾ, ਦੇਖੋ ਇਹ ਆਪਸ਼ਨ ਹੈ, ਜੇ ਆਪਾਂ ਕਹੀਏ ਕਿ ਪ੍ਰਾਈਵੇਟ ਮੰਡੀ ਇੱਕ ਆਪਸ਼ਨ ਹੈ, ਜਿਹੜੀ ਸਰਕਾਰੀ ਮੰਡੀ APMC ਐਕਟ ਅੰਡਰ ਹੈਗੀ ਹੈ ਉਹ ਚੱਲਦੀ ਹੈ, ਚੱਲਦੀ ਰਹੇਗੀ। ਕਿਸਾਨ ਭਰਾ ਨੂੰ ਮੈਂ ਅਪੀਲ ਕਰਾਂਗਾ, ਜੇ ਉਹਦਾ ਮਨ ਨਹੀਂ ਕਰਦਾ ਇੱਕ ਦਾਣਾ ਵੀ ਪ੍ਰਾਈਵੇਟ ਮੰਡੀ 'ਚ ਨਾ ਵਿੱਚ ਵਿਲੀਆਂ ਰਹਿਣ, ਸਾਰਾ ਕਣਕ ਇੱਥੇ ਵੇਚ ਦੇਣ, ਕੋਈ ਫਰਕ ਨਹੀਂ। ਸਰਕਾਰ ਨੇ MSP ਕਿਹਾ ਹੈ, ਰਹੇਗੀ, ਪ੍ਰੋਕਿਓਰਮੈਂਟ ਹੈ, ਕਰਨਗੇ, ਠੀਕ ਹੈ ਨਾ ਜੀ, ਮੰਡੀਆਂ ਹੈ, ਰਹਿਣਗੀਆਂ। ਸੋ ਉਸ ਨਾਤੇ ਇਸ ਗੱਲ ਦਾ ਠੀਕ ਹੈ ਕਿ ਵੀ ਕੁਝ ਮੈਂ ਕਹਾਂਗਾ ਕਿ ਵੀ ਕਿਉਂਕਿ ਰਾਜਨੀਤਿਕ ਪਾਰਟੀਆਂ ਦਾ ਵੀ ਚਾਲ ਹੈ, ਮੈਂ ਕਹੀਏ ਕਿਉਂਕਿ ਦੇਖੋ ਜਦੋਂ 25 ਤਰੀਕ ਦਾ ਧਰਨਾ ਹੋਇਆ ਉਹਦੇ ਵਿੱਚ ਉਹਨਾਂ ਨੇ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਉਹ ਨਹੀਂ ਕੀਤਾ, ਹਾਲਾਂਕਿ ਸਾਰੀਆਂ ਤਿਆਰ ਸੀਗੀਆਂ।
बीजेपी तो अलावा उन्होंने मंच पर भी नहीं आन दिता। मैं उस गल की उन्होंने मैं इस गल की तायद करना इस गल कि भी उन्होंने इस गल का कि भी उन्होंने ओन नहीं किया किसी राजनीतिक पोलीटिकल सो उस नाते जोड़ा है कि एक ऑप्शन दी है। सो मैं जे तुम मन नहीं करता हाँ जे कि भा तो ठीक लगता बेशक वेच दौ नहीं तो कोई ऐसी गल। देखो ऐसा है साढ़े साथी है श्री सुरजीत कुमार जैनी और मंत्री भी रहे हैं। सो उस नाते जिहड़ी भी कोई गलबात है वो किसी की भी कोई आवाज़ है क्योंकि पार्टी के अंदर भी जमहूरीयत है वो विद इन पार्टी रखनी चाहिए है वो मीडिया द्वारा नहीं। शायद तुसी जिहड़ी गल मैं कह रहा हूँ हो सकता है कि सारी गलबात मैं भी रखी हो ठीक है ना कि भी उन्होंने अंदर रखनी चाहिए सी पार्टी के अंदर गलबात उन्होंने चेयरमैन बनाया इसलिए बनाया पार्टी नू क्योंकि चिंता है कि कितने ना कि कम्युनिकेशन गैप है। सो उस नाते जी गल पार्टी के अंदर रखनी चाहिए है और कमेटी ने मैं कह कि गलबात देखो गल ये होंगी है कि भी इस गल का कि विद इन पार्टी पैरामीटर्स है। सो उत्थे कोर कमेटी जी है पिछले समय के भी साढ़े राष्ट्रीय अध्यक्ष श्री जेपी नड्डा जी मिली है। सो सारे हालात की तर्जुमानी की थी ऐसा है कि जोड़ा रूरल डिवेलपमेंट फंड है वो चार्ज किया जाता है कि भी असी ये मंडिया की डिवेलपमेंट प्लस जेडे कनैक्टिविटी असी करांगे ते केंद्र सरकार ने पंजाब सरकार वालों इनफॉर्मेशन मंगी है कि भी ये तुसी पैसा कित्थे कित्थे खर्च किया इन्होंने जवाब नहीं दिता। देखो सवाल है जो तुसी जवाब नहीं दोगे फिर वो पैसा जेड़ा इसलिए है रोकया नहीं उन्होंने उन्होंने क्योंकि प्रदेश की सरकार कांग्रेस सरकार कैप्टन अमरिंदर सिंह उन्होंने मुख्यमंत्री जी ने उन्होंने जवाब नहीं दिता। मैं क्या जी उन्होंने जोड़ा आर डी एफ हैगा वो उन्होंने इनफॉर्मेशन मंगी कि भी आ तुसी दसो कितने कितने पैसा खर्चे उन्होंने ये थोड़ी कहा कि असी नहीं देना केंद्र सरकार ने उन्हें कहा तुसी इनफॉर्मेशन जी है सानू दे दियो कि तुसी पैसा कितने कितने लगाया वो दे देने इनफॉर्मेशन पैसा आ जाएगा सही सके एक्ट नहीं बनया सी एम एस पी दिती जाती सी ना ठीक है ना जी एम एस पी गल है कि एम एस पी का जिस तरह पहला सिस्टम सेगा वो चलता रहेगा। मैं होर वड्डी गल करदा भारत दे विच जमहूरीयत है ठीक है ना जी पसंद ना पसंद करना आवाम की इच्छा है ठीक है ना जी। हुण तुसी देखो वाजपेयी सरकार सी 6 साल रहे 3 वारी प्रधानमंत्री बने हाले कि कार्यकाल बहुत वधिया सी बदल दिता इस तरह 10 साल डॉक्टर मनमोहन सिंह उन्होंने सरकार सी यूपी सरकार नहीं पसंद आई बदल दिता। सवाल यह है हर एक पार्टी या हर एक सरकार देश के हितों लिए काम करती है। सो उस नाते जोड़ा है सब तो वड्डी ताकत है जनता को तो उस नाते जोड़ा है कि भी असी कहीए कि भी NDA की सरकार या प्रधानमंत्री श्री नरेंद्र मोदी जी बिल्कुल कोई जी उन्हों की हितों की जी ना ओले नहीं कर रहे हितों की क्योंकि किसानों की पार्टी भारतीय जनता पार्टी। देखो ऐसा है कि पैसेंजर ट्रेन गुड्स ट्रेन रेलवे मिनिस्टर श्री पीयूष गोयल जी ने गल कही कि तुसी उत्थे धरना इंश्योर करो कि धरना नहीं लगेगा धरना भी लगे चलो मैं कहना लेकिन है कि आवाजाही रुकावट नहीं पेगी इस गल की इंश्योरेंस स्टेट की गौरमेंट दवे तो चल पैणगियां और स्टेट की गौरमेंट इंश्योरेंस नहीं दे रही प्रॉब्लम आया सानू भी चिंता क्योंकि देखो व्यापार इफेक्ट हो रहा जेडे एक्सपोर्टर्स है उन्होंने माल बाहर भेजना है जिन्होंने कोई मैनुफैक्चरिंग जोड़े है यूनिट्स है उन्होंने बाहरों माल रॉ मटीरियल मंगाना वो आ नहीं रहा बड़ी चिंता का विषय है लेकिन यह चाहिए सगा इंश्योर करा कल भी जी मीटिंग हुई है चीफ सैकटरी पंजाब के नाल रेलवे ऑफिशियल्स उन्होंने भी ये गल की इंश्योर करो तुम इंश्योर कर दौ तो ट्रेन चल पैणगी। देखो गल है जमहूरीत अपनी मैं फिर दोबारा रिपीट करा गल जमहूरीत हर एक व्यक्ति अधिकार है रोश व्यक्त करन दा गल करन दा ठीक है ना वो पीसफुल रहे ठीक है ना। सो असी भी ज़्यादातर ओपोजिशन च रहे हैं कांग्रेस अक्सरीयत रही है असी रोश व्यक्त करते रहे असी दिल्ली भी कूच किया असी जाते रहे हैं मंगा लिए हैगा। सो उस नाते जोड़ा है ये चीज़ एक पक्ष हैगा जिते कि भाई कि भी तुसी जोड़ा है किसान भरा कि भी तुसी अपना रोश व्यक्त करना ये उन्होंने अधिकार है। देखो मैं ये बारे कुछ नहीं कह सकता वो तो देखो समय की जो नीति बनती है सरकार की वो अनुसार होता है।
बिल्कुल किए जा रहे जी। असी जिहड़ा है पिछले समय के साडी जिहड़ी कोर कमेटी है वह प्रदेश अध्यक्ष श्री अश्विन शर्मा उन्होंने नेतृत्व थले मिली सी राष्ट्रीय अध्यक्ष श्री जगत प्रकाश नड्डा जी ने और सारी गलबात और सारे हालात जड़े है उत्थे बयान किए गए। दस दिए कि लंघे दिनी केंद्रीय खेतीबाड़ी मंत्री नरेंद्र तोमर ने भी किसानों नाल मीटिंग करन की गल आखी सी। उन्होंने साफ कहा सी कि वो किसी भी वेले किसानों के नाल मुलाकात करन दे लई तैयार ने। बरनाला तो विनीत शर्मा की रिपोर्ट, D5 चैनल पंजाबी। D5 चैनल पंजाबी हुणे सबसक्राइब करो, बैल आइकन पे क्लिक करो।